ਮਹਿਫਿਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਅਮਨਦੀਪ ਕੌਰ ਹੰਸ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਜੀ ਮਹਿਫਿਲ ਟੀਵੀ 'ਤੇ ਪ੍ਰੋਗਰਾਮ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ, ਜਿਹਦੇ ਵਿੱਚ ਬੱਚੇ ਤੁਹਾਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਹਨ। ਬੱਚਿਆਂ ਦੁਆਰਾ ਗੁਰਬਾਣੀ ਕੀਰਤਨ ਗਾਇਨ ਕੀਤਾ ਜਾਂਦਾ ਹੈ, ਗੁਰਬਾਣੀ ਪਾਠ ਕੀਤਾ ਜਾਂਦਾ ਹੈ। ਔਰ ਮੈਂ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਸਾਨੂੰ ਸਟੂਡੀਓ ਨੰਬਰ 'ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਤੁਸੀਂ ਮੇਰੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਮੇਰਾ ਨੰਬਰ ਹੈ ਜੀ 6 4 7 9 0 1 8 5 4 2। ਮੈਨੂੰ ਬਹੁਤ ਸਾਰੀਆਂ ਕਾਲਸ ਆ ਰਹੀਆਂ ਹਨ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਪਾਰਟੀਸਪੇਟ ਕਰਨ ਵਾਸਤੇ ਬਹੁਤ ਇੱਛੁਕ ਹਨ, ਅਤੇ ਮੈਂ ਹੁਣ ਜਿਹੜੇ ਬੱਚਿਆਂ ਦੀ ਲਿਸਟ ਜਿਹੜੀ ਉਹ ਬਣਾ ਕੇ ਤਿਆਰ ਕਰ ਲਈ ਹੈ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਹੁਤ ਹੀ ਜਲਦੀ ਤੁਹਾਡੇ ਸਾਹਮਣੇ ਉਹ ਸਾਰੇ ਬੱਚਿਆਂ ਨੂੰ ਪੇਸ਼ ਕਰਾਂਗੇ ਜੀ ਜੋ ਤੁਹਾਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਮਹਿਫਿਲ ਟੀਵੀ 'ਤੇ ਇਹ ਬਹੁਤ ਹੀ ਵਧੀਆ ਮੰਚ ਮਿਲਿਆ ਹੈ ਬੱਚਿਆਂ ਨੂੰ, ਜਿਹਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੀਰਤਨ ਕਰਨ ਦਾ ਮੌਕਾ ਦਿੱਤਾ ਜਾਏਗਾ, ਗੁਰਬਾਣੀ ਪਾਠ ਕਰਨ ਦਾ ਮੌਕਾ ਦਿੱਤਾ ਜਾਏਗਾ, ਔਰ ਉਹਨਾਂ ਨੂੰ ਇੱਕ ਵੱਖਰੀ ਪਹਿਚਾਣ ਜਿਹੜੀ ਆ ਉਹ ਇਸ ਮੰਚ ਦੁਆਰਾ ਦਿੱਤੀ ਜਾਏਗੀ। ਮੈਂ ਜਸਵਿੰਦਰ ਵੀਰ ਜੀ ਕੋਸਾਭਾ ਜੀ ਦਾ ਵੀ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਦਾ ਇਹ ਪ੍ਰੋਗਰਾਮ ਸ਼ੁਰੂ ਕਰਕੇ ਗੁਰਬਾਣੀ ਪ੍ਰਚਾਰ ਨੂੰ ਹੋਰ ਇੱਕ ਵਧੀਆ ਤਰੀਕੇ ਵਾਲਾ ਰਸਤਾ ਜਿਹੜਾ ਆ ਉਹ ਦਿੱਤਾ ਹੈ, ਅਤੇ ਅਸੀਂ ਇਸ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਹਾਂਗੇ ਇਸ ਪ੍ਰੋਗਰਾਮ ਦੁਆਰਾ ਗੁਰਬਾਣੀ ਪ੍ਰਚਾਰ ਕਰਨ ਦਾ। ਹੁਣ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਜਿਹੜਾ ਬੱਚਾ ਸਿੱਖਣ ਦੇ ਚਾਹਵਨ ਹਨ ਉਹ ਬੱਚੇ ਜਿਹੜੇ ਨੇ ਉਹ ਸਾਨੂੰ 6 4 7 9 0 1 8 5 4 2 'ਤੇ ਸੰਪਰਕ ਕਰ ਸਕਦੇ ਹਨ ਅਤੇ ਕਲਾਸਾਂ ਦੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹਨ। ਇਹ ਜਿਹੜੀਆਂ ਕਲਾਸਾਂ ਆ ਗੁਰਬਾਣੀ ਕੀਰਤਨ ਦੀਆਂ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਨਾਨਕਸਰ ਗੁਰਦੁਆਰਾ ਬ੍ਰੈਂਪਟਨ ਦੇ ਵਿੱਚ ਜਿਹੜਾ ਆ ਉੱਥੇ ਲੱਗਦੀ ਹੈ। ਹਰ ਸ਼ਨੀਵਾਰ ਐਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਾਮੀ 5 ਤੋਂ ਲੈ ਕੇ 6 ਵਜੇ ਤੱਕ। ਜਿਹੜੇ ਬੱਚੇ ਗੁਰਬਾਣੀ ਪਾਠ ਸਿੱਖਣਾ ਚਾਹੁੰਦੇ ਹਨ ਉਹਨਾਂ ਦੀ ਕਲਾਸ ਜਿਹੜੀ ਆ ਉਹ ਹਰ ਸ਼ਨੀ ਐਤਵਾਰ ਬ੍ਰੈਂਪਟਨ ਗੁਰਦੁਆਰੇ ਦੇ ਵਿੱਚ ਹੀ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੀ ਆ ਉਹ ਲੱਗਦੀ ਆ। ਹੁਣ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਇਸ ਜਿਹੜਾ ਪ੍ਰੋਗਰਾਮ ਹੈ ਉਹਦੇ ਦੁਆਰਾ ਅਸੀਂ ਸ਼ੁਰੂ ਕੀਤਾ ਹੈ ਬੱਚਿਆਂ ਦੀ ਜਿਹੜੀ ਕਿ ਗੁਰਬਾਣੀ ਪਾਠ ਔਰ ਗੁਰਬਾਣੀ ਕੀਰਤਨ, ਇਹਦੇ ਵਿੱਚ ਜਿਹੜਾ ਵੱਧ ਤੋਂ ਵੱਧ ਹਿੱਸਾ ਜਿਹੜੇ ਬੱਚੇ ਲੈ ਰਹੇ ਹਨ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਅਤੇ ਜਿਹੜੇ ਬੱਚੇ ਇਸ ਦੇ ਵਿੱਚ ਆਲਰੇਡੀ ਜਿਹੜੇ ਪਾਰਟੀਸਪੇਟ ਕਰ ਰਹੇ ਹਨ ਜਾਂ ਕਰ ਚੁੱਕੇ ਹਨ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਉਹਨਾਂ ਨੇ ਵੀ ਸਾਨੂੰ ਇੱਕ ਬਹੁਤ ਵਧੀਆ ਜਿਹੜਾ ਇੱਕ ਉਤਸ਼ਾਹ ਪੈਦਾ ਕਰਵਾਇਆ ਸਾਡੇ ਵਿੱਚ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਹੋਰ ਵਧੀਆ ਅਤੇ ਨਵੀਂ ਤੋਂ ਨਵੀਂ ਚੀਜ਼ ਜਿਹੜੀ ਆ ਉਹ ਲੈ ਕੇ ਆਵਾਂਗੇ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੇ ਬਾਰੇ, ਹੋਰ ਅਸੀਂ 5 ਪਿਆਰੇ ਸਾਹਿਬ ਜੀ ਦੇ ਬਾਰੇ ਗੱਲ ਕੀਤੀ ਸੀ, ਫਿਰ ਅਸੀਂ 10 ਪਾਤਸ਼ਾਹੀਆਂ ਜੀ ਦੇ ਬਾਰੇ ਗੱਲ ਕੀਤੀ ਸੀ, 5 ਕਕਾਰ ਬਾਰੇ ਗੱਲ ਕੀਤੀ ਸੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਇਤਿਹਾਸ ਬਾਰੇ ਕੁਛ ਜਾਣਕਾਰੀ ਜਿਹੜੀ ਆ ਉਹ ਦੇਵਾਂਗੀ। ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਇਤਿਹਾਸ ਜਾਣਨ ਤੋਂ ਪਹਿਲਾਂ ਅਸੀਂ ਆਓ ਉਹਨਾਂ ਦੀ ਹੀ ਰਚਨਾ ਦੇਹ ਸ਼ਿਵਾ ਬਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਟਰੋ, ਇਸ ਸ਼ਬਦ ਦੀ ਜਿਹੜੀ ਆ ਉਹ ਅਸੀਂ ਸ਼ਬਦ ਸਰਵਣ ਕਰਦੇ ਹਾਂ। ਇਹ ਸ਼ਬਦ ਸਾਨੂੰ ਸਰਵਣ ਕਰਾਏਗੀ ਤਨਰੂਪ ਕੌਰ। ਆਓ ਜੀ ਅਸੀਂ ਤਨਰੂਪ ਪਾਸੋਂ ਸ਼ਬਦ ਸਰਵਣ ਕਰਦੇ ਹਾਂ ਜੀ। ਦੇਹ ਸ਼ਿਵਾ ਬਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਟਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਹ ਸ਼ਿਵਾ ਪਰ ਮੋਹਿ
ਸਿੱਖ ਹੋ ਆਪਣੀ ਹੀ ਮਨ ਕੋ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉੱਚਰੋ ਤੋਂ ਉੱਚਰੋ ਮੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ਬਦ ਸਰਵਨ ਕਰ ਰਹੇ ਸੀ ਤਨ ਰੂਪ ਪਾਸੋਂ ਦੇਹ ਸ਼ਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬਹੂ ਨਟ ਰਹੋ। ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 5 ਜਨਵਰੀ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਪਾਤਸ਼ਾਹ ਹਨ। ਗੁਰੂ ਜੀ ਦੇ ਪਿਤਾ ਜੀ ਦਾ ਨਾਮ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦੇ ਸਨ, ਜਿਨ੍ਹਾਂ ਦਾ ਨਾਮ ਇਸ ਪ੍ਰਕਾਰ ਹੈ: ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ। ਗੁਰੂ ਗੋਬਿੰਦ ਸਿੰਘ ਜੀ ਨੇ 10ਵੇਂ ਗ੍ਰੰਥ ਦੀ ਰਚਨਾ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ 14 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉੱਥੇ ਉਹਨਾਂ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਆਪ ਛੱਕ ਕੇ ਖਾਲਸਾ ਪੰਥ ਦੀ ਇੱਕ ਸਿਰਜਣਾ ਕੀਤੀ ਸੀ, ਜਿਹਦੇ ਵਿੱਚ ਇੱਕ ਅੰਮ੍ਰਿਤਧਾਰੀ ਸਿੱਖ ਨੂੰ 5 ਕਕਾਰ, ਕੇਸ, ਕੰਘਾ, ਕੜਾ, ਕਿਰਪਾਨ, ਕਸ਼ਹਿਰਾ ਇੱਕ ਰਹਿਤ ਦੇ ਅਨੁਸਾਰ ਧਾਰਨ ਕਰਨ ਲਈ ਕਿਹਾ। ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਅੰਮ੍ਰਿਤ ਛਕਣ 'ਤੇ ਹੀ ਮੈਂ 4 ਚੰਦ ਲਾਈਨਾਂ ਜਿਹੜੀਆਂ ਤੁਹਾਨੂੰ ਗਾਇਨ ਕਰਕੇ ਸੁਣਾਉਣਾ ਚਾਹੁੰਦੀ ਹਾਂ ਜੀ। ਆਓ ਜੀ, ਇੱਕ ਗਾਇਨ ਕੀਤਾ ਗੀਤ ਜਿਹੜਾ ਉਹ ਆਪਾਂ ਗਾਇਨ ਕਰਦੇ ਹਾਂ ਜੀ। ਇਹ ਗੀਤ ਇੱਕ ਦੂਸਰੇ ਜਿਹੜੇ ਗੀਤਕਾਰ ਉਹਨਾਂ ਦੁਆਰਾ ਲਿਖਿਆ ਗਿਆ। ਜਸਟ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਇੱਕ 4 ਲਾਈਨਾਂ ਜਿਹੜੀਆਂ ਆ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਗਾਇਨ ਕਰਨਾ ਚਾਹੁੰਦੀ ਹਾਂ। ਸਿਰਫ ਇੱਕ ਮੈਂ ਉਹਨਾਂ ਦੀਆਂ ਚੰਦ ਲਾਈਨਾਂ ਜਿਹੜੀਆਂ ਆ ਉਹ ਗਾਇਨ ਕਰਨਾ ਚਾਹੁੰਦੀ ਹਾਂ। ਚਿੜੀਆਂ ਤੋਂ ਬਾਜ ਤੁੜਾ ਕੇ, ਚਿੜੀਆਂ ਤੋਂ ਬਾਜ ਤੁੜਾ ਕੇ, ਗਿੱਦੜੋ ਸ਼ੇਰ ਬਣਾਇਆ ਏ, ਦਸਮੇਸ਼ ਪਿਤਾ ਤੇਰੇ ਅੰਮ੍ਰਿਤ ਨੇ, ਇੱਕ ਯੁੱਗ ਪਲਟਾਇਆ ਏ, ਇੱਕ ਯੁੱਗ ਪਲਟਾਇਆ ਏ, ਇੱਕ ਯੁੱਗ ਪਲਟਾਇਆ ਏ, ਇੱਕ ਯੁੱਗ ਪਲਟਾਇਆ ਏ। ਜਾਂ ਚਿੜੀਆਂ ਨੇ ਚੁੰਝਾਂ ਭਰੀਆਂ, ਕੰਬਣੀ ਛਿੜ ਪਈ ਬਾਜਾਂ ਨੂੰ, ਗਿੱਦੜ ਵੀ ਲਲਕਾਰਨ ਲੱਗੇ,
ਦਸਮੇਸ਼ ਪਿਤਾ ਤੇਰੇ ਅੰਮ੍ਰਿਤ ਨੇ ਇੱਕ ਯੁੱਗ ਪਲਟਾਇਆ ਏ, ਇੱਕ ਯੁੱਗ ਪਲਟਾਇਆ ਏ, ਇੱਕ ਯੁੱਗ ਪਲਟਾਇਆ ਏ, ਇੱਕ ਯੁੱਗ ਪਲਟਾਇਆ ਏ। ਆਓ ਜੀ ਹੁਣ ਅਸੀਂ ਸ਼ਬਦ ਸਰਵਨ ਕਰਦੇ ਹਾਂ ਜੀ ਗੁਨਰੂਪ ਪਾਸੋਂ। ਗੁਨਰੂਪ ਆਪ ਜੀ ਨੂੰ ਸ਼ਬਦ ਸਰਵਨ ਕਰਾਏਗੀ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ਬਦ ਸਰਵਨ ਕਰ ਰਹੇ ਸੀ ਛੋਟੀ ਜਿਹੀ ਬੱਚੀ ਪਾਸੋਂ ਗੁਨਰੂਪ ਕੋਲੋਂ ਸ਼ਬਦ ਸਰਵਨ ਕਰ ਰਹੇ ਸੀ। ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋ ਕਿਤੋਈ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਇਤਿਹਾਸ ਬਾਰੇ ਗੱਲ ਕਰ ਰਹੇ ਹਾਂ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਆ ਉਹ ਸਿੱਖ ਧਰਮ ਦੇ ਉੱਤੋਂ ਕੁਰਬਾਨ ਕਰ ਦਿੱਤਾ। ਸਿੱਖ ਧਰਮ ਦੇ ਲਈ ਆਪਣਾ ਪਰਿਵਾਰ ਜਿਹੜਾ ਆ ਉਹ ਉਹਨਾਂ ਨੇ ਸਿੱਖ ਧਰਮ ਲਈ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਜੰਗ ਵਿੱਚ ਜਾਂ ਫਿਰ ਜਦੋਂ ਵੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਜਿਵੇਂ ਕਿ ਉਹ ਛੋਟੇ ਸਾਹਿਬਜ਼ਾਦੇ ਜਿਹੜੇ ਉਹ ਸਰਹੰਦ ਵਿੱਚ ਨੀਹਾਂ ਵਿੱਚ ਚਿਣਾ ਦਿੱਤੇ ਗਏ, ਉਹਨਾਂ ਨੇ ਕਦੀ ਵੀ ਆਪਣੇ ਬੱਚਿਆਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਹ ਸਿੱਖ ਧਰਮ ਦੇ ਲਈ ਕਿਸੇ ਚੀਜ਼ ਤੋਂ ਪਿੱਛੇ ਹਟੋ। ਉਹਨਾਂ ਨੂੰ ਡੱਟ ਕੇ ਮੁਗਲਾਂ ਦਾ ਸਾਹਮਣਾ ਕਰਨ ਦੀ ਉਹਨਾਂ ਨੇ ਸਿੱਖਿਆ ਦਿੱਤੀ ਸੀ ਆਪਣੇ ਸਾਰੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਰੂਪ ਆ ਅਜਿਹਾ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਇਸ ਜੁਗਾਂ ਜੁਗਾਂ ਤੱਕ ਕੋਈ ਵੀ ਜਿਹੜਾ ਆ ਉਹ ਉਹਨਾਂ ਦੇ ਰੂਪ ਦੇ ਵਿੱਚ ਆ ਸਕਦਾ ਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਆ ਆਪਣੇ ਮਾਤਾ ਪਿਤਾ ਆਪਣੀ ਪਤਨੀਆਂ ਆਪਣੇ ਬੱਚੇ ਸਾਰਾ ਪਰਿਵਾਰ ਜਿਹੜਾ ਆ ਸਰਬੰਸ ਤੋਂ ਮਾਰ ਦਿੱਤਾ। ਇਸ ਵਾਰੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਗੱਲ ਕੀਤੀ ਹੈ। ਅਗਲੇ ਹਫ਼ਤੇ ਅਸੀਂ ਪ੍ਰੋਗਰਾਮ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਾਰੇ ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਸਿੱਖ ਇਤਿਹਾਸ ਬਾਰੇ ਅਸੀਂ ਗੱਲ ਕਰਾਂਗੇ। ਹੁਣ ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਸਾਨੂੰ ਸਟੂਡੀਓ ਨੰਬਰ 'ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਉਹ ਤੁਸੀਂ ਮੇਰੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਜੀ। ਮੇਰਾ ਨੰਬਰ ਹੈ 6479018542। ਮਹਿਫਿਲ ਟੀ ਵੀ ਨੇ ਸਾਨੂੰ ਬਹੁਤ ਵਧੀਆ ਮੰਚ ਦਿੱਤਾ ਆ ਔਰ ਸਾਨੂੰ ਚਾਹੀਦਾ ਆ ਕਿ ਇਸ ਮੰਚ 'ਤੇ ਆ ਕੇ ਅਸੀਂ ਗੁਰਬਾਣੀ ਦੇ ਪ੍ਰਚਾਰ ਵੀ ਕਰੀਏ ਔਰ ਆਪਣੀ ਵੀ ਇੱਕ ਵੱਖਰੀ ਪਹਿਚਾਣ ਜਿਹੜੀ ਆ ਉਹ ਬਣਾ ਸਕੀਏ। ਦੂਸਰਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੱਚੇ ਸਿੱਖਣ ਦੇ ਚਾਹਵਾਨ ਹਨ, ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਜਾਂ ਗੁਰਬਾਣੀ ਪਾਠ ਸਿੱਖਣਾ ਚਾਹੁੰਦੇ ਹਨ, ਉਹ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਨਾਨਕਸਰ ਸਾਹਿਬ ਗੁਰਦੁਆਰਾ ਜਿਹੜਾ ਬ੍ਰੈਂਪਟਨ ਦੇ ਵਿੱਚ ਮੈਕਲੋਗਿਨ ਰੋਡ 'ਤੇ ਹੈ ਉੱਥੇ ਤੁਸੀਂ ਕਲਾਸ ਜਿਹੜੀ ਆ ਉਹ ਲਗਾ ਸਕਦੇ ਹੋ। ਕੀਰਤਨ ਦੀ ਕਲਾਸ ਹਰ ਸ਼ਨੀ ਐਤਵਾਰ ਨੂੰ ਸਵੇਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਅਤੇ ਸ਼ਾਮੀ 5 ਤੋਂ ਲੈ ਕੇ 6 ਵਜੇ ਤੱਕ ਹੁੰਦੀ ਹੈ ਜੀ। ਅਤੇ ਪਾਠ ਦੀ ਕਲਾਸ ਜਿਹੜੀ ਹੁੰਦੀ ਆ ਉਹ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਲੱਗਦੀ ਆ।
ਹੁਣ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਜੇ ਸਾਡੇ ਕੋਲੋਂ ਪ੍ਰੋਗਰਾਮ ਦੇ ਵਿੱਚ ਹੋਈਆਂ ਕੋਈ ਵੀ ਗਲਤੀਆਂ ਜਿਹੜੀਆਂ ਤੁਸੀਂ ਮਾਫ਼ ਕਰਨਾ ਜੀ, ਤੁਹਾਡੇ ਬੱਚੀਆਂ ਜੀ ਅਮਨਦੀਪ ਕੌਰ ਹੰਸ ਆਪ ਜੀ ਮਾਫ਼ ਕਰਨਾ ਜੀ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਆ ਬਹੁਤ ਹੀ ਪਸੰਦ ਆ ਰਿਹਾ ਹੋਏਗਾ। ਗੁਰਬਾਣੀ ਕੀਰਤਨ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੀ ਜੀ ਇੱਕ ਨਵਾਂ ਪ੍ਰੋਗਰਾਮ ਬੱਚਿਆਂ ਨੂੰ ਲੈ ਕੇ। ਨਵੇਂ ਬੱਚੇ ਜਿਹੜੇ ਆ ਉਹ ਇਸ ਵਾਰੀ ਅਗਲੇ ਹਫ਼ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ। ਜਿਹੜੇ ਬੱਚੇ ਵੱਧ ਤੋਂ ਵੱਧ ਸਾਨੂੰ ਕਾਲਸ ਕਰ ਰਹੇ ਹਨ, ਬੱਚੇ ਪਾਠ ਕਰਨਾ ਚਾਹੁੰਦੇ ਹਨ, ਪ੍ਰੋਗਰਾਮ ਦੇ ਵਿੱਚ ਕੀਰਤਨ ਕਰਨਾ ਚਾਹੁੰਦੇ ਹਨ, ਅਸੀਂ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਜੀ। ਔਰ ਇੱਥੇ ਤੁਹਾਨੂੰ ਅਗਲੀ ਵਾਰੀ ਜਿਹੜੇ ਆ ਨਵੇਂ ਬੱਚੇ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੀ, ਤੁਸੀਂ ਉਹਨਾਂ ਨੂੰ ਵੀ ਉਤਸ਼ਾਹ ਕਰਨਾ, ਜਿਵੇਂ ਤੁਸੀਂ ਸਾਡੀ ਹਿੰਮਤ ਵਧਾ ਰਹੇ ਹੋ ਉਵੇਂ ਤੁਸੀਂ ਉਹਨਾਂ ਦੀ ਹਿੰਮਤ ਵੀ ਵਧਾਉਣਾ ਜੀ। ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਜਿਹੜੀਆਂ ਉਹ ਤੁਸੀਂ ਸਾਨੂੰ ਮਾਫ਼ ਕਰਨੀਆਂ ਜੀ। ਅਗਲੇ ਹਫ਼ਤੇ ਫਿਰ ਮੈਂ ਹਾਜ਼ਰ ਹੋਵਾਂਗੀ ਜੀ ਪ੍ਰੋਗਰਾਮ ਲੈ ਕੇ। ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ, ਮੈਨੂੰ ਆਪਣੀ ਹੋਸਟ ਅਮਨਦੀਪ ਕੌਰ ਹੰਸ ਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।